24,599 ਪਾਣੀ ਜਿਹੜਾ ਡਾਊਨ ਸਟ੍ਰੀਮ ਖਰੀ ਕੇ ਆ ਰਿਹਾ, ਅਤੇ ਸਾਡੇ ਕੋਲ ਜਿੰਨਾ ਪਾਣੀ ਪਹੁੰਚ ਰਿਹਾ ਉਹ 'ਚ 54,505 ਆ। ਕਿੰਨੇ ਗੇਟ ਤੁਸੀਂ ਹੁਣ ਖੋਲ੍ਹੇ ਹੋਏ ਨੇ? ਹੁਣ ਤੱਕ ਅਸੀਂ 13 ਨੰਬਰ ਗੇਟ ਖੋਲ੍ਹੇ ਹੋਏ ਆ, ਅਤੇ ਜਿਨ੍ਹਾਂ ਨਾਲ ਅਸੀਂ ਇਹਨੂੰ ਲੈਵਲ ਨੂੰ ਮੇਨਟੇਨ ਕਰ ਰਹੇ ਹਾਂ। ਸਾਡਾ ਪੌਂਡ ਲੈਵਲ ਜਿਹੜਾ 646.50 ਅਸੀਂ ਇੱਥੇ ਮੇਨਟੇਨ ਕੀਤਾ ਹੋਇਆ। ਪਾਣੀ ਕੋਈ ਹੋਰ ਵਧਣ ਦੀ ਸੰਭਾਵਨਾ ਹੈ ਜੀ ਪਿੱਛੋਂ? ਪਾਣੀ ਜਿਸ ਹਿਸਾਬ ਨਾਲ ਕੱਲ੍ਹ ਦਾ ਸਾਡੇ ਕੋਲ ਹਰੀਕੇ ਡਾਊਨ ਸਟ੍ਰੀਮ ਛੱਡਿਆ ਹੋਇਆ ਪਾਣੀ, ਹਜੇ ਤੱਕ ਉਹਦਾ ਕੋਈ ਬਹੁਤ ਇਫੈਕਟ ਨਹੀਂ ਆਇਆ। ਕੱਲ੍ਹ ਨਾਲੋਂ ਵੀ 5-7 ਹਜ਼ਾਰ ਕਿਊਸਕ ਡਿਸਚਾਰਜ ਵਧਿਆ।